ਬਾਈਕ ਚਲਾ ਰਹੇ 15 ਸਾਲਾਨਾ ਬਾਲਕ ਦੀ ਹੋਈ ਮੌਤ, ਕਾਰ ਨਾਲ ਹੋ ਗਈ ਭਿਆਨਕ ਟੱਕਰ। ਆ ਵੇਖੋ ਕਿਵੇਂ ਪਲਟ ਗਈ ਕਾਰ। ਤਾਂ ਦੱਸ ਦੇ ਕਿ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 15 ਸਾਲਾਨਾ ਬਾਲਕ ਜੋ ਕਿ 18 ਸਾਲ ਦੀ ਲੜਕੀ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ, ਇਸ ਦੀ ਬਾਈਕ ਦੀ ਕਾਰ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ। ਤਾਂ ਟੱਕਰ ਤੋਂ ਬਾਅਦ ਇਸ ਨਾਬਾਲਗ ਦੀ ਮੌਤ ਹੋ ਜਾਂਦੀ ਹੈ, ਜਦਕਿ ਲੜਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀ ਇਹ। ਟੱਕਰ ਤੋਂ ਬਾਅਦ ਕਾਰ ਵੀ ਪਲਟ ਜਾਂਦੀ ਹੈ ਤੇ ਇੱਕ ਖੰਭੇ ਦੇ ਵਿੱਚ ਜਾ ਕੇ ਵੱਜਦੀ ਹੈ, ਤਾਂ ਬੁਰੀ ਤਰੀਕੇ ਦੇ ਨਾਲ ਇਹ ਕਾਰ ਵੀ ਨੁਕਸਾਨੀ ਜਾਂਦੀ ਹੈ, ਜਦਕਿ ਬਾਈਕ ਦੇ ਵੀ ਟੋਟੇ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਸੰਗਰੂਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਨਾਬਾਲਗ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਇਸ ਦੌਰਾਨ ਵੱਡਾ ਹਾਦਸਾ ਵਾਪਰ ਜਾਂਦਾ ਹੈ। ਤਾਂ ਪੰਜਾਬ ਪੁਲਿਸ ਦੇ ਵੱਲੋਂ ਸਖਤੀ ਵੀ ਕੀਤੀ ਗਈ ਹੈ ਕਿ ਜੇਕਰ ਕੋਈ ਨਾਬਾਲਗ ਬਾਈਕ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਮਾਪਿਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਤਾਂ ਇਸੇ ਦੌਰਾਨ ਹੁਣ ਇਸ 15 ਸਾਲਾ ਨਾਬਾਲਗ ਨੂੰ ਬਾਈਕ ਦਿੱਤਾ ਗਿਆ ਸੀ, ਪਰਿਵਾਰ ਦੀ ਲਾਪਰਵਾਹੀ ਕਹਿ ਸਕਦੇ ਹਾਂ ਕਿ, ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋ ਗਿਆ। ਤਾਂ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ ਹੈ, ਜਦਕਿ ਲੜਕੀ ਦਾ ਇਲਾਜ ਹਾਲੇ ਵੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਗੱਡੀ ਫਾਸਟ ਸੀ ਜਾਂ ਕਿਵੇਂ ਸੀ ਜੀ? ਹੈ ਗੱਡੀ ਤੇਜ਼ ਸੀ ਜਾਂ ਕੀ ਦਿੱਕਤ ਸੀ? ਗੱਡੀ ਦਾ ਨਾਰਮਲ ਸਪੀਡ ਨਾਰਮਲ ਸੀ। ਤੇ ਜਿਹੜੇ ਵਿੱਚ ਬੰਦੇ ਨੇ ਜੀ ਗੱਡੀ ਦੇ ਵਿੱਚ ਸੀਗੇ, ਜਿਹੜੇ ਗੱਡੀ ਦੇ ਵਿੱਚ ਜਿਹੜੇ ਚਲਾ ਰਹੇ ਸੀ, ਤੁਸੀਂ ਚਲਾ ਰਹੇ ਸੀ ਜੀ ਆਪ? ਅੱਛਾ, ਤੁਹਾਡੀ ਆਪਦੀ ਗੱਡੀ ਸੀਗੀ? ਓਕੇ। ਤੇ ਜਿਹੜੇ ਬਾਈਕ ਵਾਲੇ ਨੇ ਜੀ, ਓਕੇ, ਪੱਟਣ ਨੇ ਜਾਂ ਕਿਵੇਂ ਨੇ ਜੀ? ਪੱਟਣ ਹੈ। ਕਿੱਥੇ ਦਾ ਸੀਗਾ ਮੁੰਡਾ? ਮੰਗਵਾਲ ਦਾ। ਅੱਛਾ, ਦੋ ਜਣੇ ਸੀ ਬਾਈਕ ਤੋਂ ਛੱਡ ਕੇ? ਓਕੇ ਓਕੇ। ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ? ਪੁਲਿਸ ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ? ਨਹੀਂ, ਮੈਂ ਤਾਂ ਚੱਕ ਲਏ। ਅੱਛਾ, ਤੁਸੀਂ ਆਪ ਛੱਡ ਕੇ ਆਏ ਹੋ? ਓਕੇ। ਤੇ ਐਂਬੂਲੈਂਸ ਵਗੈਰਾ ਕੋਈ ਨਹੀਂ ਮੌਕੇ ਤੇ ਪਹੁੰਚੀ ਹੈਗੀ? ਇੱਕ ਐਕਸੀਡੈਂਟ ਦਾ ਕੇਸ ਹੈ, ਕਿੰਨੇ ਬੰਦੇ ਉਹ ਪਕੜੇ ਨੇ, ਕਿੰਨੇ ਜਿੱਤੇ? ਉਹਦੇ ਵਿੱਚ ਇੱਕ ਸਾਡੇ ਕੋਲ ਬ੍ਰੌਡ ਡੈਡ ਆਇਆ ਸੀਗਾ, ਤੇ ਜਿਹਦੀ ਬਾਡੀ ਵਿੱਚ ਮੋਰਚਰੀ ਸ਼ਿਫਟ ਕੀਤੀ ਹੈ, ਤੇ ਜਿਹੜਾ ਦੂਸਰਾ ਹੈਗਾ ਉਹ ਸਟੇਬਲ ਹੈ, ਉਹਦੀ ਲੱਕ ਦਾ ਫ੍ਰੈਕਚਰ ਸੀਗਾ ਅਤੇ ਉਹਨਾਂ ਨੂੰ ਦਾਖਲ ਕਰ ਲਿਆ ਗਿਆ ਅਤੇ ਇਲਾਜ ਚੱਲ ਰਿਹਾ। ਕਿੰਨੀ ਉਮਰ ਹੈ ਜੀ? ਹਾਂਜੀ, ਲੜਕੀ ਦੀ ਉਮਰ 18 ਸਾਲ ਹੈ। ਬਾਈਕ ਚਲਾ ਰਹੇ 15 ਸਾਲਾਨਾ ਬਾਲਕ ਦੀ ਹੋਈ ਮੌਤ, ਕਾਰ ਨਾਲ ਹੋ ਗਈ ਭਿਆਨਕ ਟੱਕਰ। ਆ ਵੇਖੋ ਕਿਵੇਂ ਪਲਟ ਗਈ ਕਾਰ। ਤਾਂ ਦੱਸ ਦੇ ਕਿ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 15 ਸਾਲਾਨਾ ਬਾਲਕ ਜੋ ਕਿ 18 ਸਾਲ ਦੀ ਲੜਕੀ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ, ਇਸ ਦੀ ਬਾਈਕ ਦੀ ਕਾਰ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ। ਤਾਂ ਟੱਕਰ ਤੋਂ ਬਾਅਦ ਇਸ ਨਾਬਾਲਗ ਦੀ ਮੌਤ ਹੋ ਜਾਂਦੀ ਹੈ, ਜਦਕਿ ਲੜਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀ ਇਹ। ਟੱਕਰ ਤੋਂ ਬਾਅਦ ਕਾਰ ਵੀ ਪਲਟ ਜਾਂਦੀ ਹੈ ਤੇ ਇੱਕ ਖੰਭੇ ਦੇ ਵਿੱਚ ਜਾ ਕੇ ਵੱਜਦੀ ਹੈ, ਤਾਂ ਬੁਰੀ ਤਰੀਕੇ ਦੇ ਨਾਲ ਇਹ ਕਾਰ ਵੀ ਨੁਕਸਾਨੀ ਜਾਂਦੀ ਹੈ, ਜਦਕਿ ਬਾਈਕ ਦੇ ਵੀ ਟੋਟੇ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਸੰਗਰੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਬਾਲਗ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਇਸ ਦੌਰਾਨ ਵੱਡਾ ਹਾਦਸਾ ਵਾਪਰ ਜਾਂਦਾ ਹੈ। ਤਾਂ ਪੰਜਾਬ ਪੁਲਿਸ ਦੇ ਵੱਲੋਂ ਸਖਤੀ ਵੀ ਕੀਤੀ ਗਈ ਹੈ ਕਿ ਜੇਕਰ ਕੋਈ ਨਾਬਾਲਗ ਬਾਈਕ ਚਲਾਉਂਦਾ ਫੜਿਆ ਜਾਂਦਾ ਹੈ ਤਾਂ
ਮਾਪਿਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਤਾਂ ਇਸੇ ਦੌਰਾਨ ਹੁਣ ਇਸ 15 ਸਾਲਾ ਨਾਬਾਲਿਗ ਨੂੰ ਬਾਈਕ ਦਿੱਤਾ ਗਿਆ ਸੀ, ਪਰਿਵਾਰ ਦੀ ਲਾਪਰਵਾਹੀ ਕਹਿ ਸਕਦੇ ਹਾਂ ਕਿ, ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋ ਗਿਆ। ਤਾਂ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ ਹੈ, ਜਦਕਿ ਲੜਕੀ ਦਾ ਇਲਾਜ ਹਾਲੇ ਵੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਗੱਡੀ ਫਾਸਟ ਸੀ ਕਿਵੇਂ ਸੀ ਜੀ? ਗੱਡੀ ਤੇਜ਼ ਸੀ ਜਾਂ ਕੀ ਦਿੱਕਤ ਸੀ? ਗੱਡੀ ਤਾਂ ਨੋਰਮਲ ਸਪੀਡ ਨੋਰਮਲ ਸੀ। ਤੇ ਜਿਹੜੇ ਵਿੱਚ ਬੰਦੇ ਨੇ ਜੀ ਗੱਡੀ ਦੇ ਵਿੱਚ ਸੀਗੇ, ਜਿਹੜੇ ਗੱਡੀ ਦੇ ਵਿੱਚ ਜਿਹੜੇ ਚਲਾ ਰਹੇ ਸੀ, ਤੁਸੀਂ ਚਲਾ ਰਹੇ ਸੀ ਜੀ ਆਪ? ਅੱਛਾ, ਤੁਹਾਡੀ ਆਪਦੀ ਗੱਡੀ ਸੀਗੀ? ਓਕੇ। ਤੇ ਜਿਹੜੇ ਬਾਈਕ ਵਾਲੇ ਨੇ ਜੀ, ਓਕੇ, ਪੱਟਣ ਨੇ ਜਾਂ ਕਿਵੇਂ ਨੇ ਜੀ? ਕਿੱਥੇ ਦਾ ਸੀਗਾ ਮੁੰਡਾ? ਮੰਗਵਾਲ ਦਾ। ਅੱਛਾ, ਦੋ ਜਣੇ ਸੀ ਬਾਈਕ ਤੇ ਛੱਡ ਕੇ? ਓਕੇ ਓਕੇ। ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ? ਪੁਲਿਸ ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ? ਨਹੀਂ, ਮੈਂ ਤਾਂ ਚੱਕ ਲਏ। ਅੱਛਾ, ਤੁਸੀਂ ਆਪ ਛੱਡ ਕੇ ਆਏ ਹੋ? ਕੁੜੀ ਨੂੰ ਛੱਡਿਆ ਜੀ, ਮੁੰਡੇ ਨੂੰ ਹੋ ਗਏ। ਓਕੇ। ਤੇ ਐਂਬੂਲੈਂਸ ਵਗੈਰਾ ਕੋਈ ਨਹੀਂ ਮੌਕੇ ਤੇ ਪਹੁੰਚੀ ਹੈਗੀ? ਇੱਕ ਐਕਸੀਡੈਂਟ ਦਾ ਕੇਸ ਹੈ, ਕਿੰਨੇ ਬੰਦੇ ਉੱਥੇ ਪਕੜੇ ਹੋਏ ਨੇ, ਕਿੰਨੇ ਜਖਮੀ? ਉਹਦੇ ਵਿੱਚ ਇੱਕ ਸਾਡੇ ਕੋਲ ਬਲੱਡ ਟੈਸਟ ਆਇਆ ਸੀਗਾ ਤੇ ਜਿਹਦੀ ਬਾਡੀ ਅਸੀਂ ਮੋਰਚਰੀ ਸ਼ਿਫਟ ਕੀਤੀ ਹੈ, ਤੇ ਜਿਹੜਾ ਦੂਸਰਾ ਹੈਗਾ ਉਹ ਸਟੇਬਲ ਹੈ, ਉਹਦੀ ਲੱਤ ਦਾ ਫ੍ਰੈਕਚਰ ਸੀਗਾ ਅਤੇ ਉਹਨਾਂ ਨੂੰ ਦਾਖਲ ਕਰ ਲਿਆ ਗਿਆ ਅਤੇ ਇਲਾਜ ਚੱਲ ਰਿਹਾ। ਕਿੰਨੀ ਉਮਰ ਹੈ ਜੀ? ਹਾਂਜੀ, ਲੜਕੀ ਦੀ ਉਮਰ 18 ਸਾਲ ਹੈ। ਅੱਛਾ, ਉਹਦੀ ਲਗਭਗ 15 ਸਾਲ ਉਮਰ ਸੀ। ਅੱਛਾ।